अस्सलाम वालेकुम जी। आज दी वीडियो इंडिया ते पाकिस्तान दे आर्टिस्ट जिहड़े ने उन्हां दा जिहड़ा एक मिक्सचर बनिया सी। पहले आई चल मेरा पुत, ते हुण आई है चल मेरा पुत टू दा पार्ट जिहड़ा ना सैकेंड आया, जिहड़ा उहदे विच पाकिस्तानी आर्टिस्ट ते इंडियन आर्टिस्ट। वैसे तो इंडिया ने पाबंदी लाई हुई ही इंडिया दे विच, ते फिर चलो अमरिंदर गिल साहब ने बहुत अच्छा काम किया, रिदम बॉयज़ वाले ने किया कि पाकिस्तानी आर्टिस्ट इंडियन आर्टिस्ट जिहड़े न खास करके पंजाब नूं एक करन वास्ते बाहर फॉरन च शूट कर लई है। कुछ ही सा कोई एक दो शार्ट जिहड़े ने पाकिस्तान च भी शूट होए ने, ते पहले तो लॉकडाउन तो पहला एक बार रिलीज़ हो चुकी है, ते लेकिन प्रॉपर रिलीज़ जिहड़ी है वह नैक्सट होएगी, ते उहदे ट्रेलर दे उत्ते रिएक्शन वीडियो है। ते आओ इंजॉय करिए प्यार मुहब्बत नूं। किन्ने पाए मेरे? 200। हो भरावा 200 तेरे ही, 300 मेरे ही। ले पले किन्ने पुठे पै गए? जदों इन्हें अपने वध पौने दे उदों बिल्कुल सही जांदे ने, साडे वारी पुठे कर दिंदा है। यार मैं जेब च पा लिया, घरदिआं नूं पाए ना, तेरे घरदिआं दा मेरे घरदिआं दा फर्क है कोई? यार मार्केट चो बंद हो गया बना के रबे नहीं लाया। दुनिया सब तो पहला तेरा मुंह वेख के किसी ने कहा फिटे मुंह। ਕੰਮ ਦੱਸੋ ਕੀ ਏ? ਪੱਕੇ ਹੋਣਾ ਜੀ। ਇੰਨਾ ਕੁ ਪੱਕਾ ਹੋਣਾ ਤੂੰ ਮੈਨੂੰ ਦੱਸ ਦੇ, ਮੈਂ ਮਿਸਤਰੀ ਬੁਲਾ ਕੇ 4 ਦੀਵਾਰੀ ਕਰਾ ਦਿਆਂ ਤੇਰੀ। ਇੰਨਾ ਕੁ ਪੱਕਾ ਹੋਣਾ? ਪੱਕਾ ਕਰਾ ਦੇ ਯਾਰ, ਹੁਣ ਕਿੰਨਾ ਕੁ ਚਿਰ ਲਾਉਣਾ? ਦੇਖੂ ਅਜੇ ਸਾਲ ਦੋ ਸਾਲ ਤੇਰੇ ਰੰਗ ਟਾ। ਮੈਂ ਕਿਹੜਾ ਵਿੰਟਰ ਚ ਪੀਲੇ ਪੈ ਕੇ ਝੜ ਜਾਣਾ? ਆਹੀ ਰੰਗ ਰਹਿਣਾ ਜਿਹੜਾ 6 ਮਹੀਨੇ ਤੋਂ ਵੇਖ ਰਹੀ। ਮੇਰੇ ਦਿਓਰ ਦੇ ਮੁੰਡੇ ਨੇ ਯੂਕੇ ਆਉਣਾ। ਤੁਸੀਂ ਮੈਨੂੰ 2-3 ਦਿਨ ਪਹਿਲਾਂ ਦੱਸ ਦਿਓ, ਮੈਂ ਛੁੱਟੀ ਲੈ ਕੇ ਨਾ ਉਹਨੂੰ ਪਿਕ ਕਰ ਆਉਂ ਏਅਰਪੋਰਟ ਤੋਂ। ਯਾਰ ਸਾਡੇ ਇੰਗਲੈਂਡ ਚ ਠੰਡ ਬਹੁਤ ਆ। ਅਜੇ ਤਾਂ ਪਈ ਨਹੀਂ ਠੰਡ, ਮੇਰੇ ਤਾਂ ਪੈ ਗਈ। अज तो तुहानू किराया देना पेगा। चल हुण चलिए शिफ्ट लाउण नूं। दस वे निक्की साली दे मुंह वालिया, किन्ना चिर हो गया तैनू? 2 महीने। तू हाथ थले कर, तेरी धुनी डिग पैंदी है। तू वे लम्मे वाला लिया। ਉਹ ਮੈਂ ਤੇ ਜੀ ਤੁਹਾਡੇ ਅੱਗੇ ਅੱਗੇ ਹੀ ਆਇਆ ਜੇ ਹੁਣ। ਮਸਾ ਮਸਾ ਤੇਰੀ ਫਾਈਲ ਅੱਗੇ ਲੱਗੀ ਆ, ਨਾਲ ਹੀ ਤੇਰੇ ਕੋਲ ਪੈਸੇ ਮੁੱਕ ਗਏ ਆ। ਵਕੀਲ ਸਾਹਿਬ ਤੁਹਾਡੇ ਤੇ ਆ, ਕੁਝ ਤੇ ਕਰੋ। ਮੈਂ ਇਹ ਹੀ ਕਰ ਸਕਦਾ। ਜੇ ਇਸ ਵਾਰੀ ਵੀ ਕਿਰਾਇਆ ਨਹੀਂ ਦੇਣਾ ਤੇ ਚੁੱਕੋ ਆਪਣਾ ਸਾਮਾਨ। ਉਹ ਘੱਟੋ ਘੱਟ ਮੈਂ ਤੇ ਇਸ ਕਮਰੇ ਚ ਖੁੱਲਾ ਡੁੱਲਾ ਸੌਵਾਂ। ਚੌਧਰੀ ਜਿੱਡਾ ਕਿ ਤੂੰ ਹੈਗਾ, ਤੂੰ ਖੁੱਡੇ ਚ ਵੀ ਬਿਸਤਰਾ ਲਾ ਲਿਆ ਤੇ ਖੁੱਲਾ ਹੀ ਸੌਣਾ। ਪਾਸਾ ਨਹੀਂ ਮੈਂ ਲੈਣਾ। ਕਿਤੇ ਤੇਰਾ ਪਾਸਾ ਕਿੰਨਾ ਕੁ ਲੈਣਾ? ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ, ਚਲੋ ਨਿਕਲੋ ਇੱਥੋਂ, ਦਵਾ ਆਓ। ਕਿਰਾਇਆ ਦੇ ਦਿੰਦੇ ਤੇ ਕਮ ਅਜ਼ ਕਮ ਇੱਜ਼ਤ ਤੇ ਬਚ ਜਾਂਦੀ। ਤੂੰ ਬਾਹਰ ਨਿਕਲ, ਚਾਰਲਸ ਤੇ ਆ ਸਾਲਿਆ। ਤੂੰ ਦੱਸਿਆ ਨਹੀਂ ਤੂੰ ਚਾਰਲਸ ਦਾ ਸਾਲ ਹੈ। ਪੜਿਆ ਲਿਖਿਆ ਵੈਲ ਸੈਟਲਡ ਅਗਲਾ ਕਮੀ ਕੀ ਦੱਸਾਂ ਮਨਾ ਕਰਨ ਨੂੰ। ਜਿਸ ਚ ਮਰਜ਼ੀ ਯਾਰ ਕਮੀਆਂ ਕੱਢ ਦੋ, ਮੇਰੇ ਪਿੱਛੇ ਕੁੜੀ ਬੈਠੀ ਹੈ ਨਾ ਸੋਹਣੀ ਜੀ, ਇਹ ਝੋਨੇ 20 ਗਲਤੀਆਂ ਕੱਢਦਾ ਮੁੰਡਾ ਉਹ। ਮੰਮੀ ਸਤਿ ਸ੍ਰੀ ਅਕਾਲ, ਪੈਰੀ ਪੈਣਾ ਕੀ ਹਾਲ ਚਾਲ ਜੇ? ਦੀਵਾਲੀ ਮਨਾ ਰਹੇ ਮੇਰੇ ਸ਼ੇਰ ਪੁੱਤ? ਹਾਂਜੀ ਮੰਮੀ, ਮੈਂ ਇੱਥੇ ਉਹ ਜਿੰਦਰ ਆ ਵੇਖੀ ਬੱਚਾ ਹੱਥ ਚ ਬੰਬਣਾ ਚਲਾ ਲੇ, ਇੱਥੇ ਰੌਲਾ ਬੜਾ ਪਈ ਜਾਂਦਾ, ਮੈਂ ਬਾਅਦ ਚੋਂ ਫੋਨ ਕਰਾਂ। ਯਾਰ ਲੈਣ ਦੇਣ ਵਾਲੇ ਸਾਰੇ ਦੇ ਕੇ ਨਾ ਤੇ ਬਾਪੂ ਦਾ ਕਰਜ਼ਾ ਲਾ ਕੇ ਮੈਂ ਵਾਪਸ ਚਲ ਜਾਣਾ, ਇੱਕ ਦਿਨ ਨਹੀਂ ਰੁਕਣਾ ਇੱਥੇ। ਯਾਰ ਯਾਰ ਸਾਨੂੰ ਤੇ ਇਹ ਨਹੀਂ ਪਤਾ ਜਿਹੜੇ ਚਿਹਰੇ ਪਿੱਛੇ ਛੱਡ ਕੇ ਆਏ ਆ ਨਾ, ਜ਼ਿੰਦਗੀ 'ਚ ਕਦੀ ਵੇਖਣੇ ਵੀ ਆ ਕਿ ਨਹੀਂ। ਪਰਦੇਸੀਆਂ ਨੂੰ ਕੀ ਪਤਾ ਹੁੰਦਾ ਵੀ ਵਾਪਸ ਜਾਣਾ ਤੇ ਕਿੰਨੇ ਹੋਣਾ ਤੇ ਕਿੰਨੇ ਨਹੀਂ ਹੋਣਾ। ਰਿਦਮ ਬੁਆਇਜ਼ ਵਾਲਿਆਂ ਨੇ, ਅਮਰਿੰਦਰ ਗਿੱਲ ਨੇ, ਬਾਕੀ ਵੀ ਜਿੰਨੇ ਆਰਟਿਸਟ ਨੇ ਪਾਕਿਸਤਾਨੀ ਹੋਣ ਇੰਡੀਅਨ ਹੋਣ, ਅਤੇ ਇਹਨਾਂ ਜਿਹੜਾ ਪੰਜਾਬ ਦਾ ਏਕਾ ਕਰਨ ਦੀ ਦੂਸਰੀ ਫਿਲਮ ਜਿਹੜੀ ਬਣਾਈ ਹੈ, ਮਤਲਬ ਕਿ ਪਹਿਲੀ ਚੱਲ ਮੇਰਾ ਪੁੱਤ, ਹੁਣ ਚੱਲ ਮੇਰਾ ਪੁੱਤ 2, ਜਿਹੜਾ ਮੇਨ ਚੀਜ਼ ਇਹਦੇ ਵਿੱਚ ਕਿ ਪੰਜਾਬ ਤਾਂ ਹੀ ਪੰਜਾਬ ਬਣਦਾ ਕਿ ਦੁਬਈ ਇੱਕ ਤਾਂ ਹੋਣ, ਜਿਹੜੀ ਵਿੱਚ ਤਰੇੜ ਹੈ ਨਾ ਇਹ ਕਦੀ ਮੁੱਕ ਜੇ ਨਾ। ਅਤੇ ਬਾਕੀ ਉਮੀਦ ਕਰਾਂਗੇ ਇਨਸ਼ਾਅੱਲਾ ਆਉਣ ਵਾਲੇ ਵਕਤ ਦੇ ਵਿੱਚ ਕਿ ਤਰੇੜਾਂ ਖਤਮ ਹੋ ਜਾਣ ਅਤੇ ਅਸੀਂ ਉੱਧਰ ਜਾਈਏ, ਉਹ ਇੱਧਰ ਹੋਣ, ਫਿਰਨ ਟੁਰਨ। ਦੁਨੀਆ 4 ਦਿਨ ਦੀ ਹੈ, ਫਿਰ ਟੁਰ ਕੇ ਗੁਜ਼ਾਰੀਏ, ਹੱਸ ਖੇਡ ਕੇ ਗੁਜ਼ਾਰੀਏ,
ਜਿਹਦੇ ਵਿੱਚ ਕੋਈ ਤੁਹਾਨੂੰ ਵੇਖ ਕੇ ਹੱਸ ਲਵੇ, ਤੁਸੀਂ ਕਿਸੇ ਨੂੰ ਵੇਖ ਕੇ ਹੱਸ ਲਓ, ਮੁਸਕਰਾ ਲਵੋ, ਅਤੇ ਗੁੱਸੇ ਗਿਲੇ ਨਾਰਾਜ਼ਗੀਆਂ ਦੇ ਨਾਲ ਵਿੱਚ ਕੱਖ ਵੀ ਨਹੀਂ ਲੱਭਣਾ। ਚਾਹੇ ਤੁਸੀਂ ਮੁਹੱਲੇ 'ਚ ਨਾਰਾਜ਼ ਹੋਈਓ, ਚਾਹੇ ਤੁਸੀਂ ਪਿੰਡ 'ਚ ਨਾਰਾਜ਼ ਹੋਈ, ਜਿੱਥੇ ਮਰਜ਼ੀ ਹੋਈਓ, ਨਾਰਾਜ਼ਗੀਆਂ ਦੇ ਵਿੱਚ ਕੁਝ ਨਹੀਂ ਮਿਲਣਾ। ਪਿਆਰ ਮੁਹੱਬਤ ਦੇ ਨਾਲ ਜਿਹੜੀਆਂ ਬਾਰਾਂ ਨੇ ਉਹ ਕਿਸੇ ਸ਼ਹਿਰ 'ਚ ਕੋਈ ਨਹੀਂ। ਅਤੇ ਇਹੀ ਮੈਸੇਜ ਇਹਨਾਂ ਦਾ ਸੀ ਕਿ ਹਾਲਾਤ ਇਹਨਾਂ 'ਤੇ ਵਹਾਏ ਨਾ ਕਿ ਬਾਹਰ ਜਦੋਂ ਬੰਦਾ ਜਾਂਦਾ ਇੱਥੋਂ ਕਰਜ਼ੇ ਲੈ ਕੇ ਜਾਂਦਾ, ਉੱਥੇ ਜਾ ਕੇ ਕੀ ਹਾਲਾਤ ਹੁੰਦੇ ਨੇ, ਫਿਰ ਉੱਥੋਂ ਪੈਸੇ ਕਿਵੇਂ ਭੇਜਦੇ ਨੇ, ਮਤਲਬ ਕਿ ਸਾਰਾ ਕੁਝ। ਅਤੇ ਨਾਲੇ ਕੁਝ ਫਿਰ ਮਜ਼ਾਹੀਆ ਜਿਹਾ ਬਣਾਇਆ ਉਹਨਾਂ ਦਾ, ਬਹੁਤ ਮਜ਼ਾ ਆਉਂਦਾ ਵੇਖਣ ਦਾ, ਹੋਇਆ ਵੀ ਪੰਜਾਬ ਦਾ ਕੋਨਸੈਪਟ। ਅਤੇ ਉਮੀਦ ਕਰਾਂਗੇ ਮੇਰੀ ਵੀਡੀਓ ਇਨਸ਼ਾਅੱਲਾ ਤੁਹਾਨੂੰ ਚੰਗੀ ਲੱਗੀ ਹੋਏਗੀ। ਅਤੇ ਵੀਡੀਓ ਅਗਰ ਚੰਗੀ ਲੱਗੀ ਹੈ ਤਾਂ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਤੇ ਪਿਛਲੀ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਸੀ ਕਿ ਇੰਜ ਦਾ ਬਟਨ ਦਬਾਓ ਕਿ ਫਿਰ ਘੈਂਟੀ ਖੜਕੇ ਦੂਜੀ ਵਾਰ ਤੁਹਾਡੀ ਬਟਨ ਬੈੱਲ ਆਈਕਨ ਦਬਾਓਗੇ ਤਾਂ ਘੈਂਟੀ ਖੜਕੇਗੀ। ਅਤੇ ਇਨਸ਼ਾਅੱਲਾ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ 'ਚ। ਆਪਣਾ ਖਿਆਲ ਰੱਖੋ, ਮਿੰਦੂਆਂ ਜੀ ਯਾਦ ਰੱਖਿਓ, ਅੱਲਾ ਹਾਫਿਜ਼।